ਸਤਿ ਸ਼੍ਰੀ ਅਕਾਲ ਜੀ ਐਗਰੋਨੈਸਟ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਜੀ। ਅੱਜ ਅਸੀਂ ਗੰਨੇ ਦੀ ਫਸਲ ਬਾਰੇ ਗੱਲ ਕਰਨ ਜਾ ਰਹੇ ਹਾਂ। ਗੰਨੇ ਦੇ ਵਿੱਚ ਚਿੱਟੀ ਮੱਖੀ ਜਾਂ ਵਾਈਟ ਫਲਾਈ ਦਾ ਅਟੈਕ ਹੁੰਦਾ ਹੈ। ਇਹਦੇ ਕਰਕੇ ਜਿਹੜੇ ਪੱਤੇ ਨੇ ਉਹ ਪੀਲੇ ਪੈਣ ਲੱਗ ਜਾਂਦੇ ਅਤੇ ਉਹਨਾਂ ਦਾ ਰੰਗ ਉੱਡ ਜਾਂਦਾ ਹੈ ਅਤੇ ਕਿਨਾਰਿਆਂ ਦੇ ਉੱਤੇ ਗੁਲਾਬੀ ਅਤੇ ਜਾਮਨੇ ਰੰਗ ਦੀ ਧਾਰਾਂ ਹੀ ਬਣ ਜਾਂਦੀਆਂ ਨੇ ਅਤੇ ਇਹਦੇ ਵਿੱਚ ਕਈ ਸਮੇਂ ਬਾਅਦ ਚਿੱਟੇ ਅਤੇ ਕਾਲੇ ਰੰਗ ਦੇ ਧੱਬੇ ਆ ਜਾਂਦੇ ਨੇ ਅਤੇ ਆਪਾਂ ਦੇਖਦੇ ਹਾਂ ਕਿ ਪੱਤੇ ਜਿਹੜੇ ਨੇ ਉਹ ਅੱਗ ਲੱਗੇ ਦਿਖਦੇ ਨੇ। ਆਪਾਂ ਦੇਖਦੇ ਹਾਂ ਕਿ ਆਪਣੀ ਫਸਲ ਕਟਾਈ ਦੇ ਟਾਈਮ ਜਿਹੜੇ ਪੌਦੇ ਨੇ ਉਹ ਛੋਟੇ ਦਿਖਦੇ ਨੇ ਅਤੇ ਇਹਦੇ ਬਚਾਅ ਵਾਸਤੇ ਆਪਾਂ ਕੀ ਕਰਨਾ, ਥਾਇਮੀਥੋਕਸਮ 125 ਗ੍ਰਾਮ ਪਰ ਹੈਕਟੇਅਰ ਦੇ ਵਿੱਚ ਸਪਰੇਅ ਕਰਨੀ ਹੈ ਅਤੇ ਜਿਹੜੀ ਸਪਰੇਅ ਕਰਨੀ ਹੈ ਉਹ ਆਪਾਂ ਬੜੇ ਹੀ ਧਿਆਨ ਨਾਲ ਕਰਨੀ ਹੈ ਤਾਂ ਕਿ ਸਾਰਾ ਪੌਦੇ ਦੇ ਉੱਤੇ ਆਪਣੀ ਸਪਰੇਅ ਹੋ ਸਕੇ, ਕਿਉਂਕਿ ਕਈ ਵਾਰੀ ਹੁੰਦਾ ਹੈ ਕਿ ਉੱਤੇ ਸਪਰੇਅ ਹੋ ਜਾਂਦੀ ਹੈ ਅਤੇ ਥੱਲੇ ਮੱਖੀਆਂ ਬੈਠੀਆਂ ਰਹਿੰਦੀਆਂ ਨੇ। ਜੇ ਤੁਹਾਡੀ ਕੋਈ ਹੋਰ ਕੁਐਰੀ ਪਸ਼ੂਆਂ ਜਾਂ ਫਸਲਾਂ ਸੰਬੰਧਿਤ ਹੋਵੇ ਸਾਡੀ ਐਗਰੋਨੈਸਟ ਐਪ 'ਤੇ ਪੋਸਟ ਕਰੋ, ਸਾਡੀ ਟੀਮ ਤੁਹਾਨੂੰ ਉਹਦਾ ਹੱਲ ਦੱਸੂਗੀ। ਇਹੋ ਜਿਹੀ ਹੋਰ ਵੀਡੀਓਜ਼ ਲਈ ਸਾਡੇ ਐਗਰੋਨੈਸਟ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।